ਵੇਲੇ ਦੇ ਬਵਨ ਲਾਕਤ ਸ਼ਾਹ ਜੀ ਰਿਜ਼ਵਾਨ ਜੀ ਵੇ ਕੋਸ਼ਿਸ਼ ਚ ਥੋੜ੍ਹਾ ਥੋੜ੍ਹਾ ਵਕਤ ਪੜੋ ਮਜਲਿਸ ਮੁੱਕੇ, ਮੌਸਮ ਹੀ ਖਰਾਬ ਰਹੀਏ, ਰਸਤੇ ਦਰੁਸਤ ਨਹੀਂ, ਹਾਲਾਤ ਠੀਕ ਨਹੀਂ, ਅਤੇ ਸ਼ਰੀਫਾਂ ਨਾਲ ਆਈਆਂ ਹੋਈਆਂ ਧੀਆਂ ਕਿਆ ਬਾਤ ਕਿਆ ਬਾਤ, ਇਤਨਾ ਵਕਤ ਲੱਗਦਾ ਹੈ ਮਜਲਿਸ ਮੁਕੰਮਲ ਹੋਣ, ਮੈਂ ਬਹੁਤ ਹੀ ਮਿਜ਼ਾਜ ਸਮਝਦਾ ਇਸ ਦੌਰ ਦੇ, ਮੇਰੇ ਬਾਅਦ ਮੇਰੇ ਬਾਪ ਦੀ ਜਾਇਨ ਜਿਨ੍ਹਾਂ ਤਸ਼ਰੀਫ ਲੈ ਆਉਣ, ਮੈਂ ਆਪਣੇ ਇਸ ਦੌਰ ਦੀ ਗੱਲ ਕਰਨਾ, ਕੋਈ ਇਲਾਕੇ ਨੇ ਸਮਝ ਮੈਂ ਜਿਤਨਾ ਢੇਰ ਨਹੀਂ ਪੜ੍ਹਦਾ ਜਿਤਨਾ ਮੈਂ ਪੜ੍ਹਦਾ, ਆਓ ਸਿੰਘ ਬਿਸਮਿਲ੍ਲਾ, ਮੈਂ ਇੰਤਜ਼ਾਰ ਵਿੱਚ ਹਾਂ, ਜਾ ਦਿਓ ਸਤਰ ਦਾ ਹੁਕਮ ਹੈ ਉਹ ਪੜ੍ਹ ਕੇ ਕੁਵੈਣ ਪੜ੍ਹ ਕੇ ਮੈਂ ਤਾਲੇ ਬਦਵਾ ਆਉਣ ਲੱਗਾ, ਨਸੀਬ ਵਿੱਚ ਇਹ ਚਾਚਾ ਤਾਂ ਹਾਂਜ ਲਾਜ਼ਮਨ ਲੁੜ ਸੀ, ਮੌਲਾ ਹਜ਼ਰਤ ਇਮਾਮ ਹੁਸੈਨ ਅਲੈਹਿਸ ਸਲਾਮ ਦੇ ਆਪਣੀ ਮਿਸਾਲ ਆਪ ਮਸਾਹਿਬ ਖਾਨ ਹਨ ਜਿਨ੍ਹਾਂ ਦੇ ਬੁਲੰਦੀ ਦਰਜਾਤ ਦੀ ਮਜਲਿਸ ਸੀ, ਹਨ ਜਾਵੇ ਦੁਆ ਹੋ ਜਾਵੇ, ਹਲਬ ਦਾ ਤਾਜਰ ਹੈ ਨਾਮ ਜ਼ੈਦ ਇਬਨ ਸਲਾਮ, ਕਸਤੂਰੀ ਅੰਬਰ ਫਰੋਖਤ ਕਰਦਾ ਹੈ, ਬਾਦਸ਼ਾਹ ਲਈ ਦੱਸੀ ਹੈ, ਨਵਾਬ ਕਰਬਲਾ ਦਾ ਨੌਕਰ ਹੈ, ਮਜ਼ਲੂਮ ਕਰਬਲਾ ਦੀ ਪਾਕ ਸ਼ਹਾਦਤ ਤੋਂ 10 ਮਹੀਨੇ ਪਹਿਲੇ 2-2.5 ਮਿੰਟ ਦੀ ਤਮੀਰ, 2 ਇਸ਼ਾਰੇ ਮਸਾਹਿਬ ਦੇ, 60 ਹਿਜਰੀ ਰਬੀਉਲ ਅਵਲ ਦਾ ਮਹੀਨਾ, ਤੁਸੀਂ ਮੇਰੇ ਅਲ ਨਿਗਾਹ ਰੱਖੋ, 70 ਉੱਠ ਤੇ ਕਸਤੂਰੀ ਅੰਬਰ ਲਦਾ ਕੇ ਸੰਗਤੀਆਂ ਨੂੰ ਆਖਿਆ ਆਓ ਚਲੀਏ ਮਦੀਨੇ, ਤਜਾਰਤ ਹੀ ਕਾਰਾਵਾਂ ਤੇ ਸੋਹਣਾ ਪਿਆ ਵਸਦਾ ਹੈ ਜੀ ਉਪਏ, ਅੱਲਾ ਵਕਤ ਮੇਰੇ ਭਾਈਆਂ ਦਾ ਸਲਾਮਤ ਰੱਖੇ, ਸੋਹਣੀ ਇਬਾਦਤ ਵੀ ਆਉਂਦੀ ਹੈ, ਇਹ ਪੱਖਿਆਂ ਲਈ ਖਿਆਲ ਨਹੀਂ, ਮੈਂ ਕੀ ਆਖੇ ਨਮਾਜ਼ ਆਪਣੀ ਤਕਮੀਲ ਦੇ ਮਰਾਇਲੇ 'ਚ ਪਿੰਨਣ ਦਾ ਵੇਲਾ ਹੈ, ਜਿਹੜੀ ਕੱਲ੍ਹ ਅੱਧ ਰਾਤ ਵੇਲੇ ਦੀ ਬਕੀਆ ਛੋੜ ਕੇ ਸ਼ਾਮ ਵਾਲੀ ਨੂੰ ਨਾਲ ਰਲਾ ਕੇ ਜੀ ਉਪਏ ਜੀ ਬਿਸਮਿਲ੍ਲਾ, ਸ਼ਰੀਫਾਂ ਦੀ ਮਹਿਮਾਨ ਨੇ ਥੋੜ੍ਹੀ ਦੇਰ ਬਾਅਦ ਦੁਆ ਕਰਕੇ ਟੁਰਵੇ ਸੀ, ਦੁਆਵਾਂ ਪਿੰਨ ਲਵੀਏ, ਮੈਂ ਅੱਗੇ ਆਖਿਆ ਮੇਰੀ ਜਾਏ ਪਿੱਧਰ, ਮੈਂ ਜ਼ਿਆਦਾ ਬਹਾਵਣਾ ਨਹੀਂ ਚਾਹੁੰਦਾ, ਪਹੁੰਚਿਆ ਮਦੀਨੇ ਦੀਗਰ ਦਾ ਵੇਲਾ, ਬਾਜ਼ਾਰ ਲੋਕ ਬੰਦ ਪਏ ਕਰਦੇ ਨੇ, ਹਰ ਕਹਿੰਦ ਮੂੰਹੇ ਮਸਜਿਦ ਨਬਵੀ ਵਾਲੇ ਪਾਸੇ, ਦੁਕਾਨਦਾਰ ਦਾ ਜਵਾਨੀ ਬਣੇ ਹੱਥ ਪਕੜ ਕੇ, ਜ਼ੈਦ ਪਿਆ ਦੇ ਬੰਦਾ ਖੁਦਾ ਨਾ ਨਮਾਜ਼ ਬਾ ਜਮਾਤ ਦਾ ਵੇਲਾ ਹੈ, ਅਤੇ ਇਹ ਦੌੜਨ ਦੀ ਵਜ੍ਹਾ ਹੱਥ ਛੁੜਾ ਕੇ ਦੁਕਾਨਦਾਰਾਂ ਦੇ ਮੇਰੀ ਇਬਾਦਤ ਵਿੱਚ ਖਲਲ ਨਾ ਪਾ, ਮੁਹੰਮਦ ਦੀ ਜ਼ਿਆਰਤ ਕਰਨੀ ਆਈ ਤਾਂ ਜਲਦੀ ਆ, ਚਾਚਾ ਜ਼ੈਦ ਹੈਰਾਨ ਹੋਇਆ, 49 ਸਾਲ ਹੋ ਗਏ ਨਬੀ ਦਫਨ, ਤਕਰੀਬਨ ਅੱਧੀ ਸਦੀ ਗੁਜ਼ਰ ਗਈ ਤੇ ਅੱਜ ਆ ਦੇ ਮੁਹੰਮਦ ਦੀ ਜ਼ਿਆਰਤ, ਇਸੇ ਤਜਸਸ ਦੌੜੇ ਜਿਹਾ ਮਸਜਿਦ ਦੇ ਦਰਵਾਜ਼ੇ 'ਤੇ, ਕਿਹੜਾ ਸ਼ੀਆ ਹੈ ਨਾ ਕਰੇ ਸੀ, ਇਸ ਗੌਰ ਨਾਲ ਡਿੱਠੇ 17 ਸਾਲਾਂ ਦੇ ਪੁੱਤਰ ਨੂੰ ਕੁਰਸੀ 'ਤੇ ਬਹਾ ਕੇ, ਅਕਬਰ ਨੂੰ ਨਾਨੇ ਦੀ ਅਬਾ ਪਵਾ ਕੇ, ਸਰ 'ਤੇ ਮੁਹੰਮਦ ਦੀ ਪੱਗ ਰੱਖ ਕੇ, ਹੁਸੈਨ ਖਲਿਆ ਦਿਨ ਜੈ ਨਬੀ ਨਹੀਂ ਡਿੱਠਾ ਮੇਰਾ ਅਕਬਰ ਵੇਖੇ, ਮਰਹਬਾ 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 ਜਰੋ ਕੁਮਲਨਾ ਜੀ ਹੋ ਪਏ, ਆਖਿਰ ਤੱਕ ਸਾਰੇ ਸ਼ਾਮਿਲ ਹੋ ਸੋ ਜੀ, ਮੈਂ ਬਿਸਮਿਲ੍ਲਾ ਕਰਾਂ, ਮੈਂ ਇੱਕ ਆਏ ਕਾਂਸੂ ਕਾਫੀ ਜਵਾਨੀ ਨਸੀਬ ਜੀ, ਮੈਂ ਹੱਥ ਨਾ ਬੰਨੋ ਮੇਰੀ ਇਬਾਦਤ, ਜਿਸ ਨੂੰ ਨਬੀ ਦੀ ਜ਼ਿਆਰਤ ਦਾ ਸ਼ੌਕ ਹੋਵੇ ਉਹ ਮੇਰੇ ਪੁੱਤਰ ਦੀ ਚੜ੍ਹਦੀ ਜਵਾਨੀ ਵੇਖੇ, ਹਰ ਕਿਸੇ ਜ਼ਿਆਰਤ ਕੀਤੀ, ਜ਼ੈਦ ਵੀ ਕੀਤੀ, ਦਾ ਰਸ਼ ਕੰਮ ਹੋਇਆ, ਇਮਾਮ ਦੇ ਕਦਮਾਂ 'ਤੇ ਹੱਥ ਰੱਖੇ, ਸੁਜਤ ਖੁਦਾ ਮਦੀਨੇ ਦੇ ਲੋਕ ਸ਼ੌਕ ਪੂਰਾ ਕਰਿੰਦਨ, ਅਸਾਂ ਮਾਰੂਮ ਹੈ, ਮੈਂ ਹਾਂ ਮੁਸ਼ੱਵਰ, ਮੈਂ ਬਹੁ ਪਿਆਰੀਆਂ ਤਸਵੀਰਾਂ ਬਣਾਉਂਦਾ, ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਮੈਂ ਸੋਹਣੇ ਦੀ ਇੱਕ ਤਸਵੀਰ ਬਣਾਈ ਚਾਹ, ਮੈਂ ਹਲਬ ਬਣ ਕੇ ਵੇਖਾਈ ਜਵਾਨੀ 'ਚ ਰਸੂਲ ਸੋਹਣਾ ਕਿੱਡਾ ਹੀ, ਹਾਂ ਜਵਾਨੇ ਜਵਾਨੀ ਬਣੇ ਬਜ਼ੁਰਗ ਠੀਕ ਪਿਆ ਦੇਣ ਮਸਾਹਿਬ ਦੇ ਅਦਬ ਵਿੱਚ, ਇੰਜ ਬਹੁ ਜਿਵੇਂ ਹੋਈ ਸ਼ਰੀਫਾਂ ਦੀ ਮਹਿਫਿਲ 'ਚ ਬਹਿੰਦਾ ਹੈ, ਰੋਣਾ ਨਾ ਰੋਣਾ ਨਸੀਬ ਹੈ, ਬੈਠੋ ਇੰਜੇ ਜਿਵੇਂ ਬੰਦਾ ਕਹਿਣ ਦੀ ਫੂੜੀ 'ਤੇ ਬਣਦਾ ਹੈ, ਇਹ ਇੱਕ ਨਹੀਂ 72 ਦੀ ਮੁਕਾਨ ਹੈ, ਰਾਤ ਦਾ ਵੇਲਾ ਹੈ, ਕਬੂਲੀਅਤ ਦਾ ਟਾਈਮ ਹੈ, ਇਮਾਮ ਇਜਾਜ਼ਤ ਦਿੱਤੀ
सैन मस्जिद शबीए पयंबर की सोहनी छबी बनाई। त्रै दिहाड़े मालिक पाक दे दर ते मेहमान रिया। त्रीजा दिन दी गिरद वेला हर बंदा इस मजलिस मैं तसली नाल प्यादा बाबा जी इसलिए तमाशे वाला होंदा कोई नहीं, रात आराम दा जो वेला है। ते मैं गया के शरीफ नाल धीआं आई हुई ते बंदा हर कि नहीं धी लै के वैसी शरीफ कदी तमाशे वाले पासे धीआं नहीं रलावेंदे। बैठा हर बंदा मातम वास्ते इबादत ते वाजिब समझ के ते आखिर तक मेरी निगाह है माहौल तैयार है जहन तैयार है तेरे लुड़दे आंसू की कसम। इमाम हुसैन दा प्यारा मसाहिब खान जाकिर चाचा दुआ फरमाओ ते मैं लफ जाखा। त्रीजा दिन दी गेरे ले कदम नपेस मौला इजाजत दे टुर जावा तिजारत करा फिर वतन वल्ला। हुसैन हाथ पकड़ के आ दिन त्रै दिन रुके अपनी मर्जी नाल ए आवन वाली रात मेरी वजह तू टिक पाओ मौला। एक रात टिकावन की वजह उसलिए अखा वस पईआं हुसैन आ दिन हिक नहीं वजूहात दो इन पहली वजह दीगेरे ते इसे ले टुरींदा नहीं। वाह 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 हाथ हाथ न बन बेटा हाथ मातम वास्ते मैं हजार दफा क्या बात है यार क्या बात है माँ हुसैन दी रब इंजे हक ही जिवें सोना रो आयो जी। मैं बड़े हौसले नाल जिहड़ी सत्तर जवानी नसीब होवी जिहड़े मिनट मैं पढ़ना है उंजे हंज पिंदा रसा जी बिस्मिल्ला मैं हजार दफा पढ़ा दीगेरे इसे ले टुरींदा नहीं। दूजा मैं भईवाल नाल मशवरा करके तैथू कुछ मंगना है। हुज्जत खुदा बाबा जी हुक्म दे के टुर गए जैद मुसल्ले ते हाथ चाई बैठे। मेरा अल्लाह कायनात दा मालिक मैं दुनिया दा आम बंदा शाला मंगन ओ जो मैं देवन जोगा होवां। उदू अकीला आले मुहम्मद बैन दे हुजरे दे दर ते आके हुसैन आखे बिरा कुछ पुछण आई कितनिया मजलसाई साहब किबला अपनी दौर दे अपनी मिसाल आप मदा खान इन कितनिया मजलसा कितने अशरे कोई पढ़ा नाला खतीब उस बीबी दे इलम ते पढ़ सकता है जेंदे कोलू जमाने दे चार इमाम पुछ के टुरदे हन। हुज्जत खुदा दरवाजे ते आके हौले हौले खड़िया दिन मैं कुछ पुछना है कोई मशवरा है इमाम वीर हुक्म दूर द मेहमान है नाम जैद सुबाबे दशी है मेरा प्यारे मैं हुसैन जानदा अल्लाह एक धी अता की है उदू ना है जरा मेरी मलिकतुल अरब ना निदे ओदी धी हम नाम है मलिकतुल अरब है मेरा अकबर जमाने दा मुहम्मद है। मशवरा करना है जे तुहाडी इजाजत होवे दौर दे मुहम्मद जमाने दी मलिकतुल अरब दी मैं निस्बत तय कर छोड़ा। शाबाश आफरीन मरहबा अजरकुम अल्लाह जेड़ा मातम च उठे ओ मजलूम है करबला दी पाक जरी नाल मस हुंदा है। हुसैन तुसा हुण दसे जदन दा मेहमान आए मैनू पाक कम्मा दस गई। हुसैन जदन दी शबाब आलम आलम शबाब च अकबर कदम रखे ना असा अकबर की शयाता शादी की तैयारी शुरू की है। आलिया किवें कनीज न हुक्म दे के भाईजान एक संदूक मंगाया मखदूमा पे फरमेंदे हुसैन ए अकबर की शादी का सामान है किड़ा एक अंगूठी चा क्या दिन ए मासूमा की पाकम्मा अकबर की बनरी वास्ते मंगाइए। फिर दुर कड्डे ये अकबर दी बनरी वास्ते यमन दे दौर अकबर दी अपनी माँ मंगायन। हर बंदा चाचा हाय करे सी जेड़ा बंदा जेन तैयार ली बैठे जो मैं मातम करना एक चादर चाही रिजवान जी में आलिया पे फरमेंदे ना अकबर दी बनरी वास्ते कुरान लिख के चादर साली दियां त्राए धियां तैयार कीती है। आफरीन 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 मरहबा मरहबा जी मैं नौकरा कर तक भाई ने इंज हक आई माशाला जो हम सारे शामिल हो इंज हक आई अल्लाह वक्त नसीब करी मौला तू नजरे बात तू बचावे अल्लाह मरहूम दे दर्जा जी जवानी माने मैं नौकर अजा सारे रज रोने मैं अगे ही आ गया खुशामद नहीं मसाहिब खान दी दुनिया दी हर फ्या के रस्ती मेरे बाद चार लफ्ज होर कबूल करो हुसैन मानता लै वन मेहमान नवाख अकबर दी माँ पई आ दिन मैं दस्तूर जान दिया मैं टुर के तेरे वतन ते आ रिश्ता मंगा हाँ
ਪਰ ਮੈਂ ਮਜਬੂਰ ਹਾਂ, ਮੈਂ ਅਲੀ ਦੀ ਧੀ ਨੂੰ ਨਾ ਟੁਰਨ ਦਾ ਦਾਂਦ ਹੈ। ਵਾਹ 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 ਵਾਹ, ਆਫਰੀਨ ਮਰਹਬਾ, ਕਿਆ ਬਾਤ ਹੈ ਯਾਰ, ਮੇਰੀ ਮਖਦੂਮਾ ਰਾਜ਼ੀ ਹੋ ਜਾਵਣ ਜੀ। ਅਲਹਮਦੁਲਿਲਾ, ਬਿਸਮਿਲਲਾ ਕਰ ਨਾ, ਮੈਨੂੰ ਮੰਗਣ ਦਾ ਦਾਂਦ ਹੈ। ਅੱਜ ਇੱਥਾਂ ਹੀ ਅਮਾਨਤ ਮੇਰੀ ਕਰਚਾ, ਮੈਂ ਵਾਅਦਾ ਕਰਨੀ ਆ ਮੇਰੇ ਘਰ ਦਾ ਪਹਿਲਾ ਤੇ ਆਖਰੀ ਬੰਦਾ ਅਕਬਰ, ਜਿਹਦੀ ਬਰਾਤ ਨਾਲ ਮੈਂ ਤੋੜ ਤੇਰੇ ਦਰਵਾਜ਼ੇ ਤੇ ਆਸਾਂ। ਮੈਂ ਤੁਹਾਡੇ ਸਮਝਣ ਦੀ ਕਿਆ ਬਾਤ ਹੈ ਬਾਬਾ ਜੀ, ਦੁਆ ਫਰਮਾਓ, ਮਤਲਬ ਆਲੀਆ ਪਿਆ ਦੇਣਾ, ਆਜ ਮਾਫੀ ਦੇ, ਬਰਾਤ ਨਾਲ ਮੈਂ ਆਪਾਸਾਂ। ਹੁਸੈਨ ਬਾਦਸ਼ਾਹ ਹੁਕਮ ਦਿੱਤਾ ਪੂਰੀ ਰਾਤ ਮੋਮਿਨ ਬਾਬਾ ਜੀ ਮੁਸੱਲੇ ਤੇ ਨਫਲ ਪੜ੍ਹੇ। ਅਗਲੇ ਦਿਨ ਸੱਤੇ ਰੁੱਠਾਂ ਤੇ ਜਿਤਨਾ ਸਾਮਾਨ ਹੈ ਤਿਜਾਰਤ ਲੈ ਆਈ, ਉਹ ਅਕਬਰ ਦਾ ਸਦਕਾ ਵੰਡਿਆ। ਅਕਬਰ ਦੀ ਤਸਵੀਰ ਆਲੀ ਹੁਸੈਨ ਦਾ ਦਿੱਤੋ ਹੋਇਆ ਸੰਦੂਕ ਸਰ ਤੇ ਰੱਖ ਕੇ ਵਤਨ ਵਲਿਆ। ਜਦੋਂ ਆਪਣੇ ਮਹੱਲ ਦੇ ਕਰੀਬ ਆਏ ਨਾ, ਘੋੜੇ ਤੋਂ ਲੱਥੇ ਹੈਰਾਨ ਹੋਏ, ਮੈਂ ਇਤਲਾਹ ਹੀ ਨਹੀਂ ਦਿੱਤੀ, ਮਾਮੂਲ ਤੋਂ ਬਹੁ ਜਲਦੀ ਤਿਜਾਰਤ ਨਾ ਕੀਤੀ ਤੇ ਵੱਲ ਆਇਆ, ਇਹਨਾਂ ਨੂੰ ਕਹਿ ਦੱਸਿਆ ਮੇਰੇ ਇਸਤਕਬਾਲ ਦੀ ਤਿਆਰੀ ਹੈ। ਹੈਰਤ ਚ ਪਹਿਲਾ ਕਦਮ ਹਵੇਲੀ ਦੇ ਅੰਦਰ ਰੱਖਿਆ, ਜ਼ੌਜਾ ਦੀ ਹੈਰਾਨ ਹੈ, ਸਾਨੂੰ ਕਹਿ ਦੱਸਿਆ ਅਜਾ ਚੁੱਪ ਪਈ। ਹੌਲੇ ਹੌਲੇ ਜ਼ੌਜਾ ਪਿਆਦੀ ਇਸ, ਤੂੰ ਮਦੀਨੇ ਚ ਸਫ਼ਰ ਸ਼ੁਰੂ ਕੀਤਾ ਹੈ, ਸਾਡੇ ਵਿਹੜੇ ਚ ਮੁਹੰਮਦ ਦੀ ਪਾਕ ਦੀ ਤਸ਼ਰੀਫ ਲੈ ਆਏ ਨਾ, ਜਿਨ੍ਹਾਂ ਮੈਨੂੰ ਹੁਕਮ ਦਿੱਤਾ ਇਹ ਧੀ ਹੁਣ ਤੇਰੀ ਨਹੀਂ, ਸਾਡੇ ਘਰ ਦੀ ਅਮਾਨਤ ਹੈ। ਮਰਹਬਾ, ਆਫਰੀ ਨਜ਼ਰ ਹੁਕਮ ਨਾ ਸੈਦਾ, ਕਿਆ ਬਾਤ ਹੈ ਜੀ, ਜਵਾਨੀ ਨਸੀਬ ਨਾ ਕਰਾਂ, ਤੇਰੀ ਨਹੀਂ ਸਾਡੇ ਪਾਕ ਵਿਹੜੇ ਦੀ ਅਮਾਨਤ ਹੈ, ਅੱਜ ਦੇ ਬਾਅਦ ਤੇਰੀ ਧੀ ਘਰ ਤੋਂ ਬਾਹਰ ਨਾ ਆਵੇ। ਜਲਦੀ ਨਾਲ ਸੰਦੂਕ ਲਾਇਆ, ਹਰ ਸੈਦ ਤੇ ਵਾਜਬੇ ਬਾਬਾ ਨਜ਼ਾਕਤ ਸ਼ਾਹ ਜੀ, ਹਰ ਸੈਦ ਆਖੇ ਤੇਰਾ ਭਲਾ ਹੋਵੇ। ਚਾਚਾ ਮੀਰ ਹੁਸੈਨ ਸੰਦੂਕ ਲਾ ਕੇ ਬਹਿ ਪਾਸੇ ਮੂੰਹ ਕਰਕੇ ਆਦੇ, ਇਸੇ ਚ ਹੀ ਚਾਦਰ, ਉਸ ਚਾਦਰ ਨੂੰ ਮੈਂ ਹੱਥ ਨਹੀਂ ਲਾਉਣਾ ਜੋ ਬਾਦਸ਼ਾਹ ਅਲੀ ਦੀਆਂ ਪਾਕ ਧੀਆਂ ਹੱਥ ਲਾਏ। ਕੁਰਾਨ ਆਪ ਲਿਖਿਆ, ਚਾਦਰ ਧੀ ਦੇ ਸਰ ਤੇ ਕਰਾ, ਧੀ ਨੂੰ ਪਰਦੇ ਚ ਬਹਾ, ਕਨੀਜ਼ਾਂ ਰਿਸ਼ਤੇਦਾਰਾਂ ਦੇ ਘਰ ਭੇਜ ਤੇ ਹਰ ਕਹਿ ਨੂੰ ਆਖ ਸਾਡੇ ਹਰ ਕਹਿ ਨਾਲ ਰਿਸ਼ਤੇ ਮੁੱਕ ਗਏ, ਕੋਈ ਮਰਦ ਸਾਡੀ ਹਵੇਲੀ ਚ ਨਾ ਆਵੇ, ਇੱਥੇ ਪਰਦੇਦਾਰਾਂ ਦੀ ਪਰਦੇਦਾਰ ਅਮਾਨਤ ਰਾਂਦੀ ਏ। ਜਿਹੜੀ ਤਸਵੀਰ ਬਣਾਇਆ ਉਹ ਹਲਬ ਦੇ ਚੌਕ ਚ ਲਵਾਈ, ਇਸ 151 ਸਾਲ ਪਹਿਲੇ ਤੱਕ ਹਲਬ ਵਿੱਚ ਇਹ ਜ਼ਿਆਰਤ ਸ਼ਬੀਏ ਅਕਸ਼ ਪੈਗੰਬਰ ਦੇ ਨਾਂ ਤੋਂ ਮੌਜੂਦ ਰਹੀ। ਥੱਲੇ ਲਿਖੀ ਅਸ, ਜਿਹਨੂੰ ਨਬੀ ਦੀ ਜ਼ਿਆਰਤ ਦਾ ਸ਼ੌਕ ਹੋਵੇ, ਹੁਸੈਨ ਦੇ ਪੁੱਤਰ ਦੀ ਤਸਵੀਰ ਵੇਖੇ। ਐਲਾਨ ਹੋਵਣ ਦੀ ਦੇਰ ਆਈ, ਰਸ਼ ਇਕੱਠਾ ਹੋਇਆ ਲੋਕਾਂ ਦਾ, ਗੁਲਾਮਾਂ ਨੂੰ ਆਦੇ ਜੋ ਕੁਝ ਮੇਰੇ ਕੋਲ ਹੈ ਉਹ ਹੈ ਬਾਦਸ਼ਾਹ ਹੁਸੈਨ ਦੀ ਜੁੱਤੀ ਦਾ ਸਦਕਾ। ਵੇਖਣ ਵਾਲੇ ਆਉਂਦੇ ਨੇ ਬਹੁ, ਮਤਾਂ ਕਿਸੇ ਦੀ ਨਜ਼ਰ ਲੱਗ ਜਾਏ। ਜਿੱਦਾਂ ਜ਼ਿਆਰਤੀ ਆਵੇ ਨਾ, ਇੱਥੇ ਅਕਬਰ ਦਾ ਸਦਕਾ ਖਾਣਾ ਤੇ ਪਾਣੀ ਤਕਸੀਮ ਕੀਤਾ ਕਰੋ। ਸਦਕੇ ਵੰਡੀ ਮਿਲਣ ਲੱਗ ਪਏ। ਇੱਕ ਦਿਨ ਘਰ ਬੈਠਾ ਹੀ ਤੇ ਜ਼ੌਜਾ ਪੁੱਛਿਆ, ਕੋਈ ਸਰਦਾਰ ਦੱਸਿਆ ਹਾਈ ਜੰਝ ਕਦਾਂ ਸੀ। ਵਾਹ ਬਈ ਵਾਹ, ਵਾਹ ਬਈ ਵਾਹ, ਆਫਰੀਨ ਮਰਹਬਾਜ ਰੁਕਮ ਅੱਲਾ, ਤੁਹਾਡੇ ਹੱਥ ਸਲਾਮਤ ਕੋ ਦੱਸਿਆ ਹਨੇ ਆਖਿਰ ਤੀ। ਬਹੁਤ ਥੋੜੇ ਬੰਦੇ ਰਹਿ ਗਏ ਜਿਹੜੇ ਪਤਾ ਨਹੀਂ ਕਿਸ ਵਜ੍ਹਾ ਤੂੰ ਹੈਰਾਨ ਬੈਠੇ, ਤੇ ਕੋਈ ਦੱਸਿਆ ਹਨੇ ਜੰਝ ਕਦਾਂ ਸੀ। ਰੁਨੈ ਜ਼ੈਦ ਆਦੇ ਇਹੋ ਸਵਾਲ ਟੁਰਦੇ ਆ, ਮੈਂ ਕੀਤਾ ਹੀ, ਜਿਹੜਾ ਮਾਲਿਕ ਜਵਾਬ ਦਿੱਤਾ ਹੀ ਅੱਜਾਂ ਰੋਵੈਂਦਾ ਹੈ। ਕਿਹੜਾ ਜਵਾਬ ਹੁਣ ਹੰਝੂ ਲੁੜੀਆਂ ਸਤੇ ਆਦੇ, ਮੈਂ ਪੁੱਛਿਆ ਹੀ ਅਮਾਨਤ ਗਿਣਨ ਕਦਾਂ ਸੋ। ਮਨ ਰੋ ਕੇ ਫਰਮਾਇਆ ਨੇ, ਅਗਲੇ ਸਾਲ ਰਬੀਉਲ ਅਵਲ ਚ ਜੰਝ ਆਵੇ ਸੀ, ਤੈ ਸੁਣਨ ਨੀ ਕੋਈ ਨਹੀਂ। ਵਾਹ 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 ਵਾਹ, ਤੁਹਾਡੇ ਸਮਝਣ ਦੀ ਕਿਆ ਬਾਤ ਹੈ। ਜ਼ੌਜਾ ਦੀ ਰੋਵਣ ਵਾਲੀ ਗੱਲ ਨਹੀਂ, ਅਰਸ਼ ਦੇ ਮਾਲਕ ਹਨ, ਜੰਨਤ ਦੀਆਂ ਸਵਾਰੀਆਂ ਸਨ, ਹੂਰਾਂ ਤੇ ਗਿਲਮਾਨ ਨਾਲ ਸਨ। ਹੋ ਸਕਦਾ ਹੈ ਪਹਿਚਾਣ ਨਾ ਹੋਵੇ, ਕੋਈ ਰਾਜ਼ ਹੋਵੇ। ਆਦੇ ਵੱਡੀ ਰੋਵਣ ਵਾਲੀ ਗੱਲ ਹੈ, ਜਿਹੜਾ ਇਮਾਮ ਦੀ ਪੱਗ ਦਾ ਵਾਰਿਸ ਹੈ ਨਾ, ਨਾ ਉਹਨਾਂ ਦੇ ਅਲੀਏ ਢੇਰ ਸਜਦਿਆਂ ਦੀ ਵਜ੍ਹਾ ਤੋਂ ਲੋਕ ਸਜਾਦ ਸਜਦੇ ਹਨ। ਜਦੋਂ ਮੈਂ ਟੁਰਦਾ ਪਿਆ ਮਦੀਨੇ ਦੇ ਬਾਹਰੋਂ ਵੱਖਰਾ ਗਿਣ ਗਿਆ ਤੇ ਮੈਨੂੰ ਫਰਮਾਇਆ ਨੇ ਇੱਕ ਦਫ਼ਾ ਮੇਰੇ ਤੇ ਸਲਾਮ ਕਰ। ਮੈਂ ਆਖਿਆ ਹੀ ਜ਼ਮਾਨੇ ਦਾ ਅਲੀ ਮੇਰਾ ਸਲਾਮ, ਮੈਨੂੰ ਫਰਮਾਇਆ ਨੇ ਚਾਚਾ ਜ਼ੈਦ ਮੇਰਾ ਹੀ ਸਲਾਮ। ਮੈਂ ਕਦਮ ਨਾਪ ਕੇ ਪੁੱਛਿਆ ਇਸ ਖਾਸ ਸਲਾਮ ਜਵਾਬ ਦੀ ਵਜ੍ਹਾ, ਮੈਨੂੰ ਫਰਮਾਇਆ ਨੇ ਅਗਲੇ ਸਾਲ ਤੇਰੀ ਮੇਰੀ ਮੁਲਾਕਾਤ ਕਿਸੇ ਭੀੜ ਚ ਹੋਵਣੀ ਹੈ। ਵਾਹ ਬਈ ਵਾਹ, ਵਾਹ ਬਈ ਵਾਹ, ਵਾਹ ਬਈ ਵਾਹ, ਕਰਾਓ ਨਾ ਮਾਤਮ ਦੀ ਤਿਆਰੀ। ਹਾਂ ਜੀ ਨਹੀਂ ਆਉਂਦੀ ਸਿਰਫ ਤੇ ਬੇਸ਼ੱਕ ਸਿਰਫ ਆਏ ਕਰ ਛੋੜੋ ਜੀ, ਮੈਂ ਨੌਕਰ, ਮੈਂ ਚਾਚਾ ਨੌਕਰ ਹਾਂ। ਹਜ਼ਾਰ ਦਫ਼ਾ ਆਪਣਾ ਮੁਲਾਕਾਤ ਹੋ ਸੀ ਭੀੜ ਚ, ਤੇਰਾ ਸਲਾਮ ਹੋਰ ਹੋ ਸੀ। ਮੈਂ ਚਾਚਾ ਜ਼ੈਦ ਆ ਕੇ ਜਵਾਬ ਦੇਸਾਂ, ਫਿਰ ਜਲਦੀ ਸੁਣਾਣੇ
ਉਸ ਭੀੜ ਚ ਮੇਰੇ ਕੋਲ ਜ਼ਿਆਦਾ ਰੁਕਣ ਦਾ ਵਕਤ ਨਹੀਂ ਆਉਣਾ। ਦੀ ਦੁਆ ਕਰ ਉਹਨਾਂ ਦੀਆਂ ਗੱਲਾਂ ਚ ਰਾਜ ਇਨਸ਼ਾਅੱਲਾ ਖੈਰ ਹੋਵੇ। ਇੱਥੇ ਬਰਾਤ ਦੇ ਇਸਤਕਬਾਲ ਦੀਆਂ ਤਿਆਰੀਆਂ 28 ਰਜਬ ਮੈਂ ਬਾਬਾ ਜੀ ਇੰਝ ਆਖਾਂ, ਇਸ ਲਫ਼ਜ਼ ਤੇ ਕਈ ਜਾਈ ਤੇ ਬਾਈ ਜਾਨ ਮੇਰੀਆਂ ਨੌਕਰੀਆਂ ਮੁਕੰਮਲ ਹੋਈਆਂ। ਉਮੀਦ ਹੈ ਹਰ ਬੰਦਾ ਚਾਚਾ ਸ਼ਾਮਿਲ ਹੋਵੇ ਸੀ। ਜੈ ਦੀਗਰ ਲੈ ਮਰਦ ਮਹਿਮਾਨ ਨਹੀਂ ਤੁਰਨ ਦਿੱਤਾ, ਉਹ ਅੱਧੀ ਰਾਤ ਲੈ ਭੈਣਾਂ ਲੈ ਕੇ ਤੁਰ ਪਿਆ। ਵਾਹ ਬਈ ਵਾਹ, ਕਿਆ ਬਾਤ ਹੈ ਯਾਰ। ਇੰਝ ਹੱਕਾ ਹੀ ਰਾਤ ਦੇ ਵੇਲੇ ਮੁਕਾਉਣ ਦਾ ਜੀ, ਮੈਂ ਨੌਕਰ ਮੈਂ ਹਜ਼ਾਰ ਜੈ ਆਪਣੇ ਬੂਹੇ ਤੂੰ ਮਰਦ ਮਹਿਮਾਨ ਦੀਗਰ ਨਹੀਂ ਤੁਰਨ ਦਿੱਤਾ, ਜਿਹੜੀਆਂ ਕਦਾਂ ਨਾ ਟੁਰੀਆਂ ਉਹ ਭੈਣਾਂ ਲੈ ਕੇ ਅੱਧੀ ਰਾਤ ਦਿਲ ਟੁਰ ਪਏ। ਅਕਬਰ ਦੀ ਬਾਰਾਤ ਵਤਨ ਤੋਂ ਟੁਰੀ, ਉਹ ਨਫੀਸ ਬਰਾਤੀ ਨਾਲ ਟੁਰੇ ਜਿਨ੍ਹਾਂ ਮੁਸੱਲੇ ਤੇ ਵਜਣਾ ਹੋਇਆ, ਪੰਜ ਪੰਜ ਕਨੀਜ਼ਾਂ ਸਹਾਰਾ ਦਿੰਦੀਆਂ। ਸਾਈਆਂ ਕੱਢਦੀ ਬਾਰਾਤ 5 ਸ਼ਾਬਾਨ ਮੱਕੀ ਆਈ, 8 ਜ਼ਿਲ੍ਹਾ ਹਜ ਤਾਈਂ ਬਾਰਾਤ ਅਮਨ ਦੇ ਸ਼ਹਿਰ ਚ ਡਾਕੂਆਂ ਦੇ ਡਰ ਤੂੰ ਕਯਾਮ ਕੀਤਾ। ਅਰਬ ਵਿੱਚ ਅਕਸਰ ਇੰਝ ਹੁੰਦਾ ਈ, ਸ਼ਰੀਫਾਂ ਤੇ ਅਮੀਰਾਂ ਦੀਆਂ ਜੰਝਾਂ ਨੂੰ ਅਰਬ ਦੇ ਡਾਕੂ ਵੇੜ ਵਹਿੰਦੇ ਹਨ। ਡਾਕੂਆਂ ਤੋਂ ਅਰਬ ਦੇ ਡਾਕੂਆਂ ਤੋਂ ਬਚਾਉਣ ਵਾਸਤੇ ਸੋਹਣੇ ਦੀ ਬਾਰਾਤ ਲੈ ਕੇ 4 ਮਹੀਨੇ ਹੁਸੈਨ ਅੱਲਾ ਦੇ ਘਰ ਨੂੰ ਅਮਨ ਦੀ ਜਾ ਸਮਝ ਕੇ ਰੁਕੇ ਰਹੇ। ਪਰ ਅਰਬ ਦੇ ਡਾਕੂ ਹਾਜੀਆਂ ਦੇ ਵੇਸ ਵਿੱਚ ਜੰਝ ਲੁੱਟਣ ਕਣ ਅੱਲਾ ਦੇ ਘਰ ਵਿੱਚ ਆਏ। ਖੁਦਾ ਦੇ ਘਰ ਦੀ ਹੁਰਮਤ ਬਚਾਉਣ ਵਾਸਤੇ ਅਕਬਰ ਦੇ ਬਾਬੇ ਤੇ ਮਾਂ ਸਲਾਹ ਕੀਤੀ, ਬੱਧੇ ਰਾਮ ਤਰੋੜ ਕੇ ਵਾਜਿਬ ਨੂੰ ਉਮਰੇ ਚ ਬਦਲ ਕੇ ਅਮਨ ਦੇ ਸ਼ਹਿਰ ਚੋਂ ਚੁੱਪ ਕਰਕੇ ਜੰਝ ਲੈ ਕੇ ਟੁਰ ਪਏ। ਮੰਜ਼ਲਾਂ ਮੁਕੈਂਦੀ ਆਂਦੀ ਆਈ ਜੰਝ ਕੂਫਾ ਤੋਂ 5 ਮੰਜ਼ਲਾਂ ਪਿੱਛਾ ਹੀ ਇੱਕ ਦੂਰ ਦੇ ਜਾਂਝੀ ਅਕਬਰ ਦੇ ਬਾਬੇ ਦੇ ਘੋੜੇ ਦੀ ਵਾਗ ਚ ਹੱਥ ਰੱਖਿਆ। ਸ਼ਾਬਾਸ਼ 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 ਮਰਹਬਾ, ਬਾਬਾ ਜੀ ਦੁਆ ਫਰਮਾਓ। ਪੜਦਾ ਮੈਂ ਖਲਾਂ ਜਿਵੇਂ ਤਿਲਾਵਤ ਜੀ ਮੈਂ ਨੌਕਰਾਂ, ਇੰਨੇ ਹੱਕ ਰਾਜ਼ੀ ਬੈਠੋ। 4 ਜਾਂ 5 ਮਿੰਟ ਦੀ ਮੇਰੀ ਮਜਲਿਸ ਬਾਕੀ ਹੈ ਭਾਈ ਜਾਨ, ਹੋ ਹੀ ਨਹੀਂ ਸਕਦਾ ਬੰਦਾ ਜੀਂਦਾ ਬੈਠਾ ਹੋਵੇ ਜਿਵੇਂ ਅਸ਼ੀਆ ਦੇ ਘਰ ਹੋਵੇ, ਅਗਲੇ 4 ਲਫ਼ਜ਼ਾਂ ਤੇ ਆਏ ਨਾ ਨਿਕਲੇ। ਜਾਨ ਜੀ ਪਿਆ ਦੇ ਨਾਂ ਮੇਰਾ ਹੋਰੇ ਸੇਰਾ ਬੰਦੀ ਸ਼ਾਮਿਲ ਮੈਂ ਹੀ ਹੋਵਣਾ, ਮੇਰੀ ਹਸਰਤ ਹੈ ਜੰਜ ਇੱਦੇ ਨਾ ਲੈ ਜਾਓ, ਇਹਨੂੰ ਕਰਬਲਾ ਦੇ ਠਿਬਿਆਂ ਤੇ ਲੈ ਆਓ। ਜਾਂਝੀ ਨਾਲ ਹੁਸੈਨ ਨੂੰ ਬੜਾ ਪਿਆਰ ਆਈ, ਜਾਂਝੀ ਦੀ ਹਸਰਤ ਤੇ ਸਾਰੀ ਜਾਂਝ ਲੈ ਕੇ ਕਰਬਲਾ ਤੋਂ ਮੁੜ ਪਏ। ਜੁਮੇਰਾਤ ਦਾ ਦਿਨ 2 ਮੁਹਰਮ ਢੱਲੇ ਹੋਏ ਦੁਪਹਿਰ ਅਕਬਰ ਦੀ ਬਾਰਾਤ ਕਰਬਲਾ ਦੇ ਠਿਬਿਆਂ ਤੇ ਆ ਕੇ ਰੁਕੀ। 60,000 ਦੀਨਾਰ ਦੀ ਜਾਗੀਰ ਖਰੀਦ ਕਰਕੇ ਮਾਂ ਤੇ ਪਿਓ ਦੇ ਨਾਂ ਕਰਾਈ, ਜੈ ਸੇਰਾ ਪਾਵਣਾਈ। ਜਦਾ ਬਨਰੇ ਦੇ ਨਾਂ ਜਾਗੀਰ ਹੋ ਗਈ, ਹੁਸੈਨ ਐਲਾਨ ਕੀਤਾ 10 ਮੁਹਰਮ ਨੂੰ ਇੱਥੇ ਮੇਰਾ ਅਕਬਰ ਸੇਰਾ ਪਏ ਸੀ। ਜੈ ਜ਼ਿੰਦਗੀ ਵਿੱਚ ਹਾਏ ਨਹੀਂ ਕੀਤੀ, ਐਲਾਨ ਹੋਵਣ ਦੀ ਦੇਰ ਆਈ, 70 ਮੁਲਕਾਂ ਦੇ ਕੰਮੀ ਇਕੱਠੇ ਹੋਵਣ ਲੱਗ ਗਏ। ਉਹ ਰਾਤ ਦੇ ਵੇਲੇ ਮਾਤਮ ਕਰਨ ਵਾਲਿਆਂ 7ਵੀਂ ਦੀ ਦੀਗਰ ਤਾਈਂ ਕੰਮੀ ਇਤਨੇ ਵਧੇ ਜੋ ਜੰਝ ਦਾ ਪਾਣੀ ਮੁੱਕ ਗਿਆ। ਮਰਹਬਾ 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 ਮਰਹਬਾ, ਜੁਰੁਕਮਲੱਲਾ ਮਾਂ ਹੁਸੈਨ ਦੀ ਰਾਜ਼ੀ ਉਹਨੇ, ਬਈ ਕਿਆ ਬਾਤ ਹੈ। ਬਾਬਾ ਜੀ ਦੁਆ ਫਰਮਾਓ, ਮੈਂ ਇੱਕ ਵਹਿਣ ਪੜ ਲਵਾਂ। ਬਾਈ ਗੱਲ ਕੀਤੀ ਹੈ ਸ਼ਾਇਦ ਤੁਹਾਡੇ ਤੇ ਨਹੀਂ ਪਹੁੰਚੀ, ਬਾਈ ਅੱਜ ਬੈਠਣ ਕਦਾਂ ਕਹਿ ਪਰਾਤਾਂ ਦੇ ਪਾਣੀ ਬੰਦ ਕੀਤੇ ਨੇ। ਮੈਂ ਬੰਦ ਕਰਨ ਦੀ ਤਾਂ ਗੱਲ ਹੀ ਨਹੀਂ ਕੀਤੀ, ਮੈਂ ਤਾਂ ਆਖਿਆ ਬਨਰਾ ਹੀ ਕਰੀ ਮਾਈ, ਬਨਰੇ ਦਾ ਬਾਬਾ ਹੀ ਕਰੀ ਮਾਈ, ਆਪ ਆਖਿਆ ਸੱਚਾ ਸ਼ਾਮ ਵਾਲੇ ਕੰਮੀ ਪੀਓ। ਅਸਾਂ ਤੱਸੇ ਨੀ ਬਾਬ ਸਾਂ, 72 ਘੰਟੇ ਬਨਰਾ ਹੀ ਤੱਸਾ, ਬਨਰੇ ਦਾ ਬਾਬਾ ਹੀ ਤੱਸਾ, ਸਵਾਲੇ ਹੀ ਤੱਸੇ, ਮਾਵਾਂ ਬਹਿਣਾ ਹੀ ਤੱਸੀਆਂ, ਬਨਰੇ ਦਾ 6 ਮਹੀਨੇ ਦਾ ਫਿਰਾ ਹੀ ਤੱਸਾ। ਮੇਰੀ ਮਜਲਿਸ ਵਿੱਚ ਬਾਅਦ ਵਿੱਚ ਕੋਈ ਬੰਦਾ ਹਾਏ ਬੇਸ਼ੱਕ ਨਾ ਕਰੇ, ਮੇਰੀ ਨਿਬ ਵੈਸੀ ਜਿਹੜਾ ਬੈਠਾ ਮਜਲਿਸ ਵਿੱਚ ਸ਼ੀਆ ਹੈ ਤੇ ਭਾਵੇਂ ਸੁਣੀ ਹੈ, ਮਿੰਨਤ ਪੇ ਕਰੇ ਨਾ ਇਸੇ ਬੰਦਰੇ ਦਾ ਵਾਸਤਾ। ਇਸ ਲਫ਼ਜ਼ ਤੇ ਹਰ ਬੰਦਾ ਹਾਏ ਕਰੇ 10 ਮੁਹਰਮ, ਬਾਬਾ ਜੀ ਸਵੇ ਪਾਰ ਤੇ ਸੂਰਜ ਆਈ ਤੇ ਅਕਬਰ ਸੇਰਾ ਪਾ ਲਿਆ। ਅੱਲਾਮਾਨ 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 ਅੱਲਾਮਾਨ, ਸੋਹਣਾ ਲੱਗਦਾ ਆਜ਼ਾਦਾਰ ਨੂੰ ਮਾਤਮ, ਸਜਦਾ ਆਜ਼ਾਦਾਰ ਜਦਾ ਮਾਤਮ ਕਰਕੇ ਸ਼ਾਬਾਸ਼ ਆਫਰੀਨ ਮਰਹਬਾ। ਰਾਜ਼ੀਆਂ ਅਕਬਰ ਦੇ ਪਾਲਣ ਵਾਲੀ ਮਾਂ ਤੁਹਾਡੇ ਤੇ ਰਾਜ਼ੀ ਹੋ ਕੇ ਜਾਵੇ ਜੀ। ਬਿਸਮਿਲ੍ਲਾ ਕਰਾਂ, ਅਕਬਰ ਸੇਰਾ ਪਾਇਆ, ਸੈਯਦਾਦਾ ਦਸਤੂਰ ਏ ਕਾਇਨਾਤ ਦਾ ਰਿਜ਼ਵਾਨ ਖਾਨ ਜਵਾਨ ਸੇਰੇ ਪਾਏ ਨਾ। ਬਾਬਾ ਨਜ਼ਾਕਤ ਸ਼ਾਹ ਜੀ, ਸਾਡੇ ਵਤਨ ਦਾ ਰਿਵਾਜ਼ ਏ ਜਿਹੜੇ ਆਏ ਹੋਏ ਹੋਵੇ, ਜਹਿੰਦਾ ਜਿਤਨਾ ਰਿਸ਼ਤਾ ਹੋਵੇ ਇਤਨੀ ਕੀਮਤੀ ਵੇਲ ਗਿਣੈਂਦਾ ਏ। ਅਕਬਰ ਸੇਰਾ ਪਾਇਆ, ਵੇਲਾਂ ਗਿਣੀਵਣ ਲੱਗੀਆਂ, ਢਲਦੇ ਦੁਪਹਿਰਾਂ ਤਾਈਂ 71 ਬਰਾਤੀ ਅਕਬਰ ਦੀ ਵੇਲ ਗਿਣੀ ਗਏ।
میں صدقے ہو جاواں، میں ہزار جان قربان کراں، میں صدقے ہو جاواں، جڑے جوان بیٹھے ہو جنہاں دا ماتم مذہب ہے، جنہاں دا ماتم ایمان ہے، او بندے سر چاؤ دیگر تے دن آیا شام دا، بابا جی معافی دے سو جتنے سید ہو، دیگر تے شادی والا دن پہنچیا شام دا، سوا لاکھ کمی سیرے دی مبارک دے من اکبر دی ماں دے دروازے تے آیا، واہ بھائی واہ، واہ بھائی واہ، واہ بھائی واہ، جوانی نصیب ہوئی ماتم کرن والا جی، سوا لاکھ کمی جی، میں نہ کراں سوا لاکھ کمی، دیگر لے مبارک دیون اکبر دی کریمہ ماں دے دروازے تے آیا، سیدادیاں نو اکبر بڑا پیارا آئی، کمی آکھے پتر دے سیرے دی مبارک، پرانے برکے تے زیور اکبر دی ویل گنا چھوڑے، آفرین مرحبا، جرکم اللہ، جرکم اللہ، جیڑے زیور وطن تو جانج نال پاٹوریان، او اکبر دا صدقہ دے کے 10 تے 11 محرم دی درمیانی رات، کائنات دی قیمت دا اشارہ جڑا پیا کرے نا، 10 تے 11 دی درمیانی رات، اکبر دیا ماواں تے بہناں، میں صدقے ہو جاواں، جاگ کے گزاری اس شوق وچ، انہیں پڑھا نا بابا جی، اس شوق وچ نہیں سُتیاں جو فجر جانج ٹر سی، واہ بھائی واہ، تے اساں نال ونجنا 11 محرم سیرا بندی، تو پورے 8 پار بعد اجاں دوپار نن ڈلے جو جانج ٹرن دی تیاری کر لئی، جیڑے جانجی تھک گئے او سم گئے، جنہاں دی نائی نبھدی او اوکھیاں سواریاں تے نال ٹر پئے، میں ہزار جان قربان کر دیواں بھائی، کیا بات ہے، کیا بات ہے، تواڈے سمجھن دی منزلہ مکیندی، میں ساری گل چھوڑ دیتی، منزلہ مکیندی، 13 ربیع الاول دیگر دا ویلا، اکبر دے ساورے شہر دے باروں اکبر دی بارات آ رکی، ہلا بیچ اعلان ہویا، کہیں سونے دی جان جائیے، جنا بنرا ویکھنا ہے بازار اچ، آؤ جڑا ادب سن کے رومن دا دیئے، اعلان دی دیر آئی، حلب دی پوری آبادی چھوٹے جائے بازار اچ جمع ہو گئی، راش اتنا ودھیا، مامل ٹرن دا راہ کوئی نہیں، اکبر دیاں پھپھیاں ہی لے پیاں، ماواں ہی لے پیاں، بہناں ہی لے پیاں، راہ آئی کوئی نہ، اوکھیاں ٹر کے 16 گھنٹے دے سفر دے بعد، اگلے دن دے دوپار پہ ڈل دیا نا، اکبر دی تھکی ہوئی جان جس سے چوک چائی، جتھے اکبر دی تصویر آئی، واہ بھائی واہ، واہ بھائی واہ، واہ بھائی واہ، واہ بھائی واہ، ان حق آئی جی، میں نہ کر جی، میں ہزار دفعہ پڑھا، ہزار دفعہ، ہاتھ کیوں بلندے ہو، ہاتھ ہوندا ماتم واسطے، میری مجال ہے سی، آزاد اجازت ہے، اگلا لفظ آکھاں، جانج آ رکی، اے غلام پہ ونڈن دا اکبر دا صدقہ، سجاد دی ڈٹھی اس حالت کولوں آئے، ہن ذہن رکھنے گل کہندی تے کہندے نال، قیدی مسافر بیمار، ذرا زمین تو نظر چاہی یا تصویر ویکھ، حسین دا پتر کیڑا سونا ہے، رات ود پئی آ دن جیڈا ہی سونا ہے، مینوں کیوں وکھنا ہے، آدھے میں اتھے مردیاں نو زندہ ہوندہ ڈٹھے، ایک دفعہ توں زیارت کر، تیرا چہرہ دسیندہ ہے، کو وڈا شریف آئے تے لٹی گیا ہے، اس اکبر دا صدقہ دعا مانگ، تیرے زنجیر ہی لاسن، تیری بیماری دا علاج ہو سی، تیرے نال جڑے چھوٹے چھوٹے بچے نے، نندے چہرے پہ دسیندے نے، بوں دے آندے بھکھے تے تسن، آئے کر سکو تا پیا دے، اتھے ملدہ ہی اکبر دا صدقہ، آئے نہ بچیاں نو تصویر کول لیا، اکبر دا صدقہ، بھکھیاں نو کھانا کھوا، تسیاں نو پانی پیوا، اکبر دے صدقے دا نام آئے، کانڈ پچھو علی دی دیا دے، نینا نو آکھ اکبر دا صدقہ، دن دن تا 4 برکے لئی آوین، میری تا نب گئی، میری کانڈ پچھے اکبر دی ماد وال کھلے ہوئے، کیا بات ہے یار، کیا بات ہے، تواڈے ماتم دی ختم پیا کردا، جس بندے ہون تک ویرن ہائے نہیں کیتی، اجائیو گلاں پئی ہوندیاں نی، اکبر دا قاتل، اکبر دے سر اللہ نیزہ چاہ کے، اوتھائیاں رکیا ہے جتھے اکبر دی تصویر آئی، غلام دی اچانک نگاہ پئی، 3 واری سر ڈٹھا، 3 واری تصویر ڈٹھی، اس پگڑی زمین تے رکھ کے دوڑے محل والے پاسے، زید نو آدے محل نہ سجا، راہ نہ ویکھ، تانگ مکا، جیندے واسطے سجیندا ودائیں، اکبر ماریا گیا، میں ویکھایا شامی نیزے تے بازار چ، اکبر دا سر چائی ودین، تواڈے مذہب چ مسئلہ کچ ماتم واجب ہے،
آفرین مرحبا جوانیاں نصیب نے یار کیا بات ہے انجے حقائی جی میں نو کرا دے وے کھایا شامی اکبر دا سار چاہیو دین زائد نال دوڑے غلام ترائے واری ڈٹھائی ویرون زائد ایک واری ڈٹھائے ماتم کار کیا دے سانگا کلیان یا نال کوئی وارے سیے ادھے اشارہ کی تزید سجاد ہون بیٹھے رون دیان نیڑے آ کیا دے بڑڑا قیدی میرا سلام ہوئی سجاد حالے علی آدن چاچا زائد میرا ہی سلام میں آکھے آئی ملنا بھیڑ چیتے سنجان نہ کوئی نہیں صدقے صدقے کیا باتیں تیرے ماتم دیار میں تزم جائی بابا جی سارا دن رو رو کے عزادار تھک پہ حسن پر بندہ تھک سکتا ہے عقیدہ نہیں تھک دا آدھے مولا تو سائز حال اجتے پیچھے گاؤنے سجادہ دے نکھی اتن جاؤنے میں کلہ نہیں میری کانڈ پیچھے اکبر دیا ماما تے پھوپیاں پیان دیا نی زائد جلدی نال دوڑے گھر آئے جی میں دی پر دیچ بیٹھی آئی سار تو برکا لہا کے وال کھول کے ویڑے دی مٹی دی دے سارے چپائیز وات ہاتھ ناپ کیا دے میرے نال بازار چور دی آدھے وال کھول کے کیویں آوا میں سجدہ دی امانہ زید موں تے ماتم گھر کیا دے توں امانتیں او آپ بازار اللہ اکبر اللہ اکبر این حق آئی ماتم دا جبھات کیوں بندے بیٹا ہزار دفعہ پڑا جس بندے دا ہون تا ہی بابا جی ہاتھ سینے تا ہی نہیں آیا اذا دالیں دین لے کے زیدو دے ٹورے جدے اکبر دیا پھوپیاں تے بھینا پتھر پہیاں جھلیں دیا این آلیا نونوان دا ڈٹھے آدے اکبر دیا بھینا ونجو زمانے دا دستورے پہلی واری پر جائی سامنے آوے بن رے دیا بھینا استقبال کریں دیا این بابا جی نکھڑیاں اکبر دیا دو بھینا ایک دا سار زخمی بھائی دے کان زخمی جیندے کان زخمی آنو اچھا بول نہیں سکتی جیندہ سار زخمی آئیو رودے ہاتھ ودا کے آتی ہے جیندی جانجدارا پئی دی ہے میں او اکبر مروایا جیندی ماتم تھوڑے مزہ بیچوا جے بے میں او جیندی جانجدارا پیوے دی ہے میں او مروایا ہی آہ ایک بنے رہا